ਅਮਰਤਾ ਪ੍ਰੀਤਮ ਦੀ ਕਹਾਣੀ ਹੈ ਪੰਜਵਰੀ ਲੰਬੀ ਸੜਕ ਸੇਕ ਮੌਸਮ ਦਾ ਸੀ ਮਨ ਦਾ ਨਹੀਂ ਹਵਾਈ ਜਹਾਜ਼ ਵਕਤ ਸਿਰ ਆਇਆ ਸੀ ਪਰ ਹਿਠੋਂ 에ਰਪੋਰਟ ਤੋਂ ਅਜੇ ਸਿਗਨਲ ਨਹੀਂ ਸੀ ਮਿਲ ਰਿਹਾ ਜਹਾਜ਼ ਦੇ ਦਿੱਲੀ ਪਹੁੰਚਣ ਦੀ ਖਬਰ ਦੇ ਕੇ ਵੀ ਅਜੇ 10 ਮਿੰਟ ਹੋਰ ਗੁਜ਼ਾਰਨੇ ਸਨ ਇਸ ਲਈ ਸ਼ਹਿਰ ਦੇ ਉੱਤੇ ਉਹਨੇ ਕੁਝ ਚੱਕਰਾਂ 'ਚ ਘੁੰਮੀ ਜਾਣਾ ਸੀ ਉਹਨੇ ਬਾਰਿਸ਼ ਤੋਂ ਬਾਹਰ ਵੇਖਦੇ ਆਂ ਸ਼ਹਿਰ ਦੇ ਮਨਾਰੇ ਪਛਾਣੇ ਮਨਾਰੇ ਕਿਲੇ ਖੰਡਰ ਖੇਤ ਦੀ ਪਛਾਣ ਸਿਰਫ ਅੱਖਾਂ ਦੀ ਹੁੰਦੀ ਹੈ ਅੱਖਾਂ ਇਸ ਪਛਾਣ ਨੂੰ ਆਪਣੇ ਅੱਗੇ ਕਿਤੇ ਹੇਠਾਂ ਤੱਕ ਕਿਉਂ ਨਹੀਂ ਉਤਾਰਦੀਆਂ ਉਹਨੂੰ ਖਿਆਲ ਆਇਆ ਪਰ ਇੱਕ ਘਣਵਰਗੀ ਸੋਚ ਵਾਂਗ ਨਹੀਂ ਐਵੇਂ ਰਾਹ ਪਿਆ ਖਿਆਲ ਮਨਾਰੇ ਕਿਲੇ ਖੰਡਰ ਖੇਤ ਉਹਨੇ ਕਈ ਦੇਸ਼ਾਂ ਦੇ ਵੇਖੇ ਸਨ ਹਰ ਦੇਸ਼ 'ਚ ਨਾ ਚੀਜ਼ਾਂ ਦੇ ਇਹੀ ਨਾ ਹੁੰਦੇ ਆ ਭਾਵੇਂ ਹਰ ਦੇਸ਼ 'ਚ ਨਾ ਚੀਜ਼ਾਂ ਦਾ ਵੱਖੋ-ਵੱਖ ਇਤਿਹਾਸ ਹੁੰਦਾ ਹੈ ਇਹਨਾਂ ਦੇ ਰੰਗ ਇਹਨਾਂ ਦੇ ਕੱਦ ਇਹਨਾਂ ਦੀ ਨੁਹਾਰ ਵੱਖੋ-ਵੱਖ ਹੁੰਦੀ ਹੈ ਇੱਕ ਮਨੁੱਖ ਨਾਲੋਂ ਵੱਖਰੀ ਦੂਜੇ ਮਨੁੱਖ ਵਾਂਗ ਪਰ ਫਿਰ ਵੀ ਮਨੁੱਖ ਦਾ ਨਾਮ ਓਨੋਖੀ ਰਹਿੰਦਾ ਹੈ। ਮਨਾਰੇ ਦਾ ਨਾਮ ਵੀ ਮਨਾਰਾ ਹੀ ਰਹਿੰਦਾ ਹੈ। ਕਿਲੇ ਦਾ ਨਾਮ ਵੀ ਸਿਰਫ ਇੱਕ ਹਲਕਾ ਜਿਹਾ ਫਰਕ ਸੀ। ਹਰ ਦੇਸ਼ 'ਚ ਇਹਨਾਂ ਚੀਜ਼ਾਂ ਨੂੰ ਵੇਖਣ ਲੱਗਿਆਂ ਇੱਕ ਖਿਆਲ ਜਿਹਾ ਰਹਿੰਦਾ ਸੀ ਕਿ ਉਹ ਇਹਨਾਂ ਨੂੰ ਪਹਿਲੀ ਵਾਰ ਵੇਖ ਰਿਹਾ ਸੀ। ਪਰ ਅੱਜ ਆਪਣੇ ਦੇਸ਼ 'ਚ ਇਹਨਾਂ ਨੂੰ ਵੇਖ ਕੇ ਉਹਨੂੰ ਜਾਪ ਰਿਹਾ ਸੀ। ਇਹਨਾਂ ਨੂੰ ਦੂਜੀ ਵਾਰ ਵੇਖ ਰਿਹਾ ਸੀ ਤੇ ਉਹਨੂੰ ਖਿਆਲ ਆਇਆ ਜਿਵੇਂ ਫੇਰ ਕੁਝ ਸਿਰ ਪਿੱਛੇ ਪ੍ਰਦੇਸ਼ ਗਿਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਵੇਖ ਕੇ ਵੀ ਉਹਨੂੰ ਇਸ ਤਰ੍ਹਾਂ ਜਾਪੇਗਾ ਕਿ ਉਹ ਇਹਨਾਂ ਨੂੰ ਦੂਜੀ ਵਾਰੀ ਵੇਖ ਰਿਹਾ। ਬਿਲਕੁਲ ਅੱਜ ਦੀ ਤਰ੍ਹਾਂ। ਇਹ ਦੇਸ਼ ਤੇ ਪਰਦੇਸ ਦਾ ਫਰਕ ਨਹੀਂ ਸੀ, ਇਹ ਸਿਰਫ ਪਹਿਲੀ ਵਾਰ ਤੇ ਦੂਜੀ ਵਾਰ ਵੇਖਣ ਦਾ ਫਰਕ ਸੀ। ਜਹਾਜ਼ ਨੇ ਲੈਂਡ ਕੀਤਾ। 에어ਪੋਰਟ ਵੀ ਪਛਾਣਿਆ ਹੋਇਆ ਲੱਗਾ ਦੂਜੀ ਵਾਰ ਵੇਖਣ ਵਾਂਗ। ਇਹ ਤੋਂ ਵੱਧ ਉਹਦੇ ਮਨ 'ਚ ਕੋਈ ਸੇਕ ਨਹੀਂ ਉੱਠਿਆ। ওভারਕੋਟ ਉਹਦੇ ਹੱਥ ਵਿੱਚ ਸੀ। ਗੱਲ ਦਾ ਸਵੈਟਰ ਲਾ ਕੇ ਉਹਨੇ ਮੁੱਢੇ ਤੇ ਪਾ ਲਿਆ। ਸੇਕ ਮੌਸਮ ਦਾ ਸੀ, ਮਨ ਦਾ ਨਹੀਂ। ਕਸਟਮ ਚੁੱਲੰਗ ਲੰਗਿਆ ਉਹਨੇ ਇੱਕ ਫਾਰਮ ਭਰਨਾ ਸੀ ਤੇ ਪਿਛਲੇ 9 ਦਿਨ ਉਹ ਕਿੱਥੇ ਕਿੱਥੇ ਰਿਹਾ ਸੀ ਪਿਛਲੇ 9 ਦਿਨ ਉਹ ਸਿਰਫ ਜਰਮਨੀ ਚ ਰਿਹਾ ਸੀ ਉਹਨੇ ਫਾਰਮ ਭਰ ਦਿੱਤਾ ਤੇ ਉਹਨੂੰ ਖਿਆਲ ਆਇਆ ਚੰਗਾ ਹੈ ਕਸਟਮ ਵਾਲੇ ਸਿਰਫ 9 ਦਿਨ ਦਾ ਵੇਰਵਾ ਪੁੱਛਦੇ ਆ 20-25 ਦਿਨਾਂ ਦਾ ਨਹੀਂ ਨਹੀਂ ਤਾਂ ਉਹਨੂੰ ਸਿਲਸਿਲੇਵਾਰ ਚੇਤੇ ਕਰਨਾ ਪੈਂਦਾ ਵੀ ਕਿਹੜੀ ਤਰੀਕੋ ਕਿਹੜੇ ਦੇਸ਼ ਚ ਰਿਹਾ ਸੀ ਉਹਨੇ ਵਾਪਸ ਆਉਣ ਲੱਗਿਆ ਕੋਈ 1 ਮਹੀਨਾ ਸਿਰਫ ਇਸੇ ਤਰਾਂ گزارਿਆ ਸੀ ਕਦੀ ਕਿਸੇ ਦੇਸ਼ ਦੀ ਟਿਕਟ ਟੈਲੀ ਕਦੀ ਕਿਸੇ ਦੇਸ਼ ਦੀ ਜੇ ਕਿਸੇ ਦੇਸ਼ ਦਾ ਵੀਜ਼ਾ ਨਹੀਂ ਸੀ ਮਿਲਿਆ ਤਾਂ ਉਹ ਦੂਜੇ ਦੇਸ਼ ਚਲ ਪਿਆ ਪਾਸਪੋਰਟ ਦੀ ਚੈਕਿੰਗ ਕਰਦੇ ਆ ਪਾਸਪੋਰਟ ਮੁੜ ਕੇ ਉਹਨੂੰ ਫੜਾਉਂਦੇ ਆ ਇੱਕ ਅਫਸਰ ਨੇ ਮੁਸਕਰਾ ਕੇ ਆਖਿਆ ਸੀ ਜਨਾਬ ਪੰਜਾਬਮਰੀਆਂ ਪਿੱਛੋਂ ਦੇਸ਼ ਸਾਰੇ ਨੇ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਯਰ ਹੋਸਟੈਸ ਨੇ ਰਾਤ ਕਈ ਵਾਰ ਦੱਸਿਆ ਸੀ ਕਿ ਇਸ ਵੇਲੇ ਤੱਕ ਅਸੀਂ ਇੰਨੇ ਹਜ਼ਾਰ ਕਿਲੋਮੀਟਰ ਤੈਅ ਕਰ ਚੁੱਕੇ ਹਾਂ ਗਿਣਤੀ ਅਜੀਬ ਚੀਜ਼ ਹੁੰਦੀ ਹੈ ਭਾਵੇਂ ਮੇਲਾਂ ਦੀ ਹੋਵੇ ਭਾਵੇਂ ਵਰਿਆਂ ਦੀ ਉਹਨੂੰ ਹਾਸਾ ਜਿਹਾ ਆ ਗਿਆ ਜਹਾਜ਼ 'ਚੋਂ ਦੇ ਨਾਲ ਉਤਰੇ ਲੋਕਾਂ ਨੂੰ ਲੈਣ ਆਏ ਲੋਕ ਹੱਥ ਮਿਲਾ ਕੇ ਵੀ ਮਿਲ ਰਹੇ ਸਨ ਗੱਲ ਚ ਬਾਵਾ ਪਾ ਕੇ ਵੀ ਕਈਆਂ ਦੇ ਗੱਲ 'ਚ ਫੁੱਲਾਂ ਦੇ ਹਾਰ ਵੀ ਸਨ ਮੁੜ ਕੇ ਦਿੱਤੇ ਫੁੱਲਾਂ ਦੀ ਹਵਾੜ 'ਚ ਸ਼ਾਇਦ ਇੱਕ ਤੀਸਰੀ ਹਵਾੜ ਦੀ ਗੱਲ ਉਹਨੂੰ ਇੱਕ ਥੀਸਿਸ ਲਿਖਣ ਵਰਗੀ ਲੱਗੀ ਉਹ ਹੁਣ ਇੱਕ ਪਰਦੇਸੀ ਜ਼ਬਾਨ ਸਿੱਖ ਕੇ ਤੇ ਉਹਦੇ ਲਿਟਰੇਚਰ ਦਾ ਥੀਸਿਸ ਲਿਖ ਕੇ ਇੱਕ ਡਿਗਰੀ ਲੈ ਕੇ ਆਇਆ ਸੀ ਨਵੇਂ ਥੀਸਿਸ ਦੀ ਕੋਈ ਗੱਲ ਜੀ ਨਹੀਂ ਸੀ ਸੋਚਣਾ ਚਾਹੁੰਦਾ ਇਸ ਲਈ ਸਿਰਫ ਮੁੜਕੇ ਦਿੱਤੀ ਫੁੱਲਾਂ ਦੀ ਹਵਾੜ ਸੁੰਘਦਾ ਉਹ 에ਰਪੋਰਟ ਤੋਂ ਬਾਹਰ ਆ ਗਿਆ ਘਰ ਚ ਸਿਰਫ ਮਾਂ ਸੀ ਜਾਣ ਲੱਗਿਆ ਬਾਪ ਵੀ ਸੀ ਛੋਟਾ ਭਰਾ ਵੀ ਤੇ ਇੱਕ ਕੁੜੀ ਨਹੀਂ ਉਹ ਕੁੜੀ ਘਰ ਚ ਨਹੀਂ ਸੀ ਉਹ ਸਿਰਫ ਉਸੇ ਦਿਨ ਉਹਦੇ ਜਾਣ ਵਾਲੇ ਦਿਨ ਆਈ ਸੀ ਮਾਂ ਨੂੰ ਐਵੇਂ ਕੁਝ ਘੰਟਿਆਂ ਲਈ ਭੁਲੇਖਾ ਜਾ ਪਿਆ ਸੀ ਕਿ ਉਹ ਕੁੜੀ ਛੋਟਾ ਭਰਾ ਵਿਆਹ ਕਰਾ ਕੇ ਹੁਣ ਦੂਰ ਨੌਕਰੀ ਤੇ ਰਹਿੰਦਾ ਸੀ ਘਰ ਚ ਨਹੀਂ ਸੀ ਬਾਪ ਹੁਣ ਇਸ ਦੁਨੀਆ ਚ ਕਿਤੇ ਵੀ ਨਹੀਂ ਸੀ ਇਸ ਲਈ ਘਰ ਸਿਰਫ ਮਾਂ ਸੀ। ਕਈ ਚੀਜ਼ਾਂ ਅੰਦਰੋਂ ਬਦਲ ਜਾਂਦੀਆਂ ਪਰ ਬਾਹਰੋਂ ਉਹੀ ਰਹਿੰਦੀਆਂ। ਕਈ ਚੀਜ਼ਾਂ ਬਾਹਰੋਂ ਬਦਲ ਜਾਂਦੀਆਂ ਪਰ ਅੰਦਰੋਂ ਉਹੀ ਰਹਿੰਦੀਆਂ। ਉਹਦਾ ਕਮਰਾ ਉਸ ਤਰ੍ਹਾਂ ਹੀ ਸੀ। ਉਹਦਾ ਗਲੀਚਾ ਉਹਦੀ ਬਾਰੀ। ਟਸਰੀ ਪਰ ਦੀ। ਉਹਦੀ ਮੇਜ਼ ਤੇ ਪਿਆ ਹੋਇਆ ਹਰੀਆਂ ਧਾਰੀਆਂ ਦਾ ਫੁੱਲਦਾਨ। ਉਹਦੀਆਂ ਮੋਹਟਾਂ 'ਚ ਪਿਆ ਹੋਇਆ ਗੂੜਾ ਖੱਕੀ ਪਾਇਦਾਨ। ਚਾਂਦਨੀ ਦਾ ਬੂਟਾ ਵੀ ਉਹਦੀ ਬਾਰੀ ਅੱਗੇ ਉਸੇ ਤਰ੍ਹਾਂ ਖੜਿਆ ਸੀ। ਪਰ ਅੱਗੇ ਸਭ ਕੁਝ ਦੀ ਹਵਾੜ। ਸਣੇ ਉਹਦੀਆਂ ਕੰਧਾਂ ਦੀ ਠੰਡੀ ਹਵਾੜ ਦੇ। ਉਹਦੇ ਨਾਲ ਲਿਪਟ ਜਾਂਦੀ ਸੀ। ਉਹਨਾਂ ਨੂੰ ਜਾਪਿਆ ਉਹ ਉਹਦੇ ਨਾਲ ਲੱਗਣ ਤੋਂ ਸੰਗ ਦੀ ਸਿਰਫ ਉਹਦੇ ਕੋਲੋਂ ਦੀ ਲੰਗਦੀ ਸੀ। ਫਿਰ ਪਰਾਂ ਹੋ ਜਾਂਦੀ ਸੀ। ਪਤਾ ਨਹੀਂ ਉਹਦੇ ਅੰਦਰ ਕਿੱਥੇ ਕੁਝ ਬਦਲ ਗਿਆ ਸੀ। ਮਾਂ ਕਸ਼ਮੀਰੀ ਸਿਲਕ ਵਰਗੀ ਕੁਲੀ ਜੇ ਵੀ ਹੁੰਦੀ ਸੀ, ਤਣੀ ਜੇ ਵੀ। ਪਰ ਉਮਰ ਨੇ ਉਹਨੂੰ ਇੱਕ ਧੋ ਪਾ ਦਿੱਤਾ ਸੀ। ਉਹ ਸਾਰੀ ਦੀ ਸਾਰੀ ਸੁੰਗੜ ਗਈ ਜਾਂਦੀ ਸੀ। ਮਾਂ ਨੂੰ ਮਿਲਣ ਲੱਗਿਆ ਉਹਦਾ ਹੱਥ ਮਾਂ ਦੇ ਮੂੰਹ ਆ ਲਿੰਜ ਚਲਾ ਗਿਆ ਸੀ ਜਿਵੇਂ ਉਹਨੇ ਤਲੀ ਨਾਲ ਮਾਸ ਤੇ ਸਾਰੇ ਵੱਟ ਕੱਢ ਦੇਣੇ। ਮਾਂ ਦੀ ਆਵਾਜ਼ ਵੀ ਨਿਮੀ ਤੇ ਨਮਾਣੀ ਜੀ ਹੋ ਗਈ ਲੱਗਦੀ ਸੀ ਸ਼ਾਇਦ ਪਹਿਲਾਂ ਉਹਦੀ ਆਵਾਜ਼ ਦਾ ਜ਼ੋਰ ਉਹਦੇ ਕੱਦ ਜਿੱਡਾ ਨਹੀਂ ਸੀ ਉਹਦੇ ਮਰਦ ਦੇ ਕੱਦ ਜਿੱਡਾ ਸੀ ਤੇ ਉਹਦੇ ਬਿਨਾ ਉਹ ਨੀਵਾ ਹੋ ਗਿਆ ਸੀ ਮਸਾ ਉਹਦੇ ਆਪਣੇ ਕੱਦ ਜਿੱਡਾ ਪਰ ਉਹਨੇ ਜਦੋਂ ਪੁੱਤਰ ਦਾ ਮੂੰਹ ਵੇਖਿਆ ਸੀ ਉਹਦੀਆਂ ਅੱਖਾਂ ਉਸੇ ਤਰ੍ਹਾਂ ਜਗ ਪਈਆਂ ਸਨ ਜਿਵੇਂ ਹਮੇਸ਼ਾ ਜਗਦੀਆਂ ਹੁੰਦੀਆਂ ਸਨ ਉਹਦੀ ਛਾਤੀ ਦਾ ਸਾਹ ਉਸੇ ਤਰ੍ਹਾਂ ਕਾਲਾ ਹੋ ਗਿਆ ਸੀ ਜਿਵੇਂ ਹਮੇਸ਼ਾ ਹੁੰਦਾ ਸੀ ਉਹ ਕਿਤੇ ਕਿਸੇ ਤੋਂ ਬਿਲਕੁਲ ਉਹੀ ਸੀ ਜੋ ਹਮੇਸ਼ਾ ਸੀ ਸਿਰਫ ਉਹਦੇ ਬਾਹਰ ਬੜਾ ਕੁਝ ਬਦਲ ਗਿਆ ਸੀ ਮੈਨੂੰ ਪਤਾ ਸੀ ਤੂੰ ਅੱਜ ਜਾਂ ਕੱਲ ਕਿਸੇ ਦਿਨ ਵੀ ਓ ਛੋਪਲੇ ਆ ਜਾਏਗਾ ਮਾਂ ਨੇ ਆਖਿਆ ਉਹਨੇ ਆਪਣੇ ਕਮਰੇ 'ਚ ਲੱਗੇ ਹੋਏ ਸਜਰੇ ਫੁੱਲਾਂ ਵਾਲ ਬੇਖਿਆ ਤੇ ਫਿਰ ਮਾਂ ਵੱਲ ਮਾਂ ਦੀ ਆਵਾਜ਼ ਸੰਗ ਜੀ ਗਈ ਇਹ ਤਾਂ ਮੈਂ ਰੋਜ਼ ਰੱਖਦੀ ਸੀ ਰੋਜ਼ ਕਿੰਨੇ ਦਿਨਾਂ ਤੋਂ ਉਹ ਹੱਸ ਪਿਆ ਰੋਜ਼ ਮਾਂ ਦੀ ਆਵਾਜ਼ ਉਹਦੇ ਪਿੰਡੇ ਵਾਂਗ ਹੋਰ ਸੁਗੜ ਗਈ ਜਿਸ ਦਿਨ ਤੋਂ ਤੂੰ ਗਿਆ ਸੀ ਪੰਜਾ ਪਰਿਆ ਤੋਂ ਉੱਤਰ ਭੱਜਿਆ ਗਿਆ ਮਾਂ ਸੰਗ ਤੋਂ ਬਚਣ ਲਈ ਰਸੋਈ 'ਚ ਚਲੀ ਗਈ ਉਹਨੇ ਬੋਝੇ ਚੋਂ ਸਿਗਰਟ ਦਾ ਪੈਕੇਟ ਕੱਢਿਆ ਲਾਈਟਰ ਉਤੇ ਉਂਗਲ ਰੱਖੀ ਤਾਂ ਉਹਦਾ ਹੱਥ ਝੱਕ ਗਿਆ ਉਹਨੇ ਮਾਂ ਸਾਹਮਣੇ ਅਜੇ ਤੱਕ ਸਿਗਰਟ ਨਹੀਂ ਸੀ ਪੀਤਾ ਮਾਂ ਨੇ ਸ਼ਾਇਦ ਉਹਦੇ ਹੱਥ 'ਚ ਫੜਿਆ ਸਿਗਰਟ ਦਾ ਪੈਕੇਟ ਵੇਖ ਲਿਆ ਸੀ ਉਹ ਹੌਲੀ ਜੀ ਰਸੋਈ 'ਚੋਂ ਬਾਹਰ ਆ ਕੇ ਬੈਠਕ 'ਚੋਂ ਐਸ਼ਟ੍ਰੇ ਲਿਆ ਕੇ ਉਹਦੇ ਮੇਜ਼ 'ਤੇ ਰੱਖ ਦਿੱਤੀ ਏਹਨੂੰ ਯਾਦ ਆਇਆ ਛੋਟਿਆ ਹੁੰਦਿਆ ਮਾਂ ਨੇ ਉਹਨੂੰ ਇੱਕ ਵਾਰੀ ਚੋਰੀ ਸਿਗਰਟ ਪੀਂਦੇ ਵੇਖ ਲਿਆ ਸੀ ਤੇ ਉਹਨੇ ਉਹਦੇ ਹੱਥੋਂ ਸਿਗਰਟ ਖੋ ਕੇ ਉਹਨੇ ਬਾਰੀ 'ਚੋਂ ਬਾਹਰ ਛੁੱਟ ਦਿੱਤਾ ਮਾਂ ਸ਼ਾਇਦ ਉਹੀ ਸੀ ਪਰ ਵਕਤ ਬਦਲ ਗਿਆ ਸੀ ਮਾਂ ਫਿਰ ਰਸੋਈ 'ਚ ਚਲੀ ਗਈ ਉਹ ਚੁੱਪਚਾਪ ਸਿਗਰਟ ਪੀਣ ਲੱਗ ਪਿਆ ਮੈਨੂੰ ਪਤਾ ਸੀ ਤੂੰ ਅੱਜ ਜਾਂ ਕੱਲ ਕਿਸੇ ਦਿਨ ਵੀ ਆ ਜਾਏਂਗਾ ਉਹਨੂੰ ਮਾਂ ਦੀ ਹੁਣੇ ਆਖੀ ਹੋਈ ਗੱਲ ਯਾਦ ਆਈ ਇਹਦੇ ਨਾਲ ਮਿਲਦੀ ਜੁਲਦੀ ਇੱਕ ਗੱਲ ਵੀ ਯਾਦ ਆਈ ਮੈਨੂੰ ਪਤਾ ਲੱਗ ਜਾਏਗਾ ਜਿਸ ਦਿਨ ਤੂੰ ਆਉਣਾ ਹੋਏਗਾ ਮੈਂ ਆਪੇ ਉਸ ਦਿਨ ਤੇਰੇ ਕੋਲ ਆ ਜਾਵਾਂਗੀ ਬਹੁਤ ਦੇਰ ਹੋਈ ਉਦੋਂ ਜਦੋਂ ਉਹ ਪਰਦੇਸ਼ ਜਾਣ ਲੱਗਾ ਸੀ ਉਹਨੂੰ ਇੱਕ ਕੁੜੀ ਨੇ ਇਹ ਗੱਲ ਆਖੀ ਸੀ ਉਸ ਕੁੜੀ ਨਾਲ ਉਹਦੀ ਦੋਸਤੀ ਪੁਰਾਣੀ ਨਹੀਂ ਸੀ ਵਾਕਫੀ ਪੁਰਾਣੀ ਸੀ ਦੋਸਤੀ ਨਹੀਂ ਸੀ ਪਰ ਪੰਜਾਂ ਵਰਿਆਂ ਲਈ ਪਰਦੇਸ ਜਾਣ ਵੇਲੇ ਪਰਦੇਸ ਜਾਣ ਦੀ ਖਬਰ ਸੁਣ ਕੇ ਅਚਾਨਕ ਉਸ ਕੁੜੀ ਨੂੰ ਉਹਦੇ ਨਾਲ ਮੁਹੱਬਤ ਹੋ ਗਈ ਸੀ ਜਿਵੇਂ ਜਹਾਜ਼ 'ਤੇ ਬੈਠੇ ਕਿਸੇ ਮੁਸਾਫਰ ਨੂੰ ਅਗਲੀ ਬੰਦਰਗਾਹ ਉੱਤੇ ਉਤਰ ਜਾਣ ਵਾਲੇ ਮੁਸਾਫਰ ਨਾਲ ਅਚਾਨਕ ਜਈ ਤੰਦ ਜੁੜੀ ਜਾਪਣ ਲੱਗ ਪੈਂਦੀ ਹੈ ਕਿ ਉਹ ਪਲਾਂਚ ਨੂੰ ਬਹੁਤ ਕੁਝ ਦੇਣਾ ਤੇ ਉਸ ਤੋਂ ਬਹੁਤ ਕੁਝ ਲੈ ਲੈਣਾ ਚਾਹੁੰਦਾ ਹੈ ਇਹੋ ਜਿਹਾ ਵੇਲੇ ਵਰਿਆਂ ਤੋਂ ਵਾਪਰਨ ਵਾਲਾ ਪਲਾਂਚ ਵਾਪਰ ਜਾਂਦਾ ਹੈ ਉਨੇ ਵਾਪਰ ਦਾ ਵੇਖਿਆ ਸੀ ਆਪਣੇ ਨਾਲ ਨੇ ਉਸ ਕੁੜੀ ਨਾਲ ਤੇਰਾ ਕੀ ਖਿਆਲ ਹੈ ਮੈਂ ਜੋ ਕੁਝ ਜਾਣ ਲੱਗਿਆ ਉਹੀ ਆਉਣ ਲੱਗਿਆ ਹੋਵਾਂਗਾ ਉਹਨੇ ਆਖਿਆ ਸੀ ਮੈਂ ਤੇਰੀ ਗੱਲ ਨਹੀਂ ਕਰਦੀ ਮੈਂ ਆਪਣੀ ਗੱਲ ਕਰਦੀ ਆ ਕੁੜੀ ਨੇ ਜਵਾਬ ਦਿੱਤਾ ਸੀ ਤੂੰ ਇਹੀ ਹੋਏਂਗੀ ਇਹ ਤੈਨੂੰ ਕਿਸ ਤਰ੍ਹਾਂ ਪਤਾ ਕੁੜੀਆਂ ਨੂੰ ਪਤਾ ਹੁੰਦਾ ਤਾਂ ਕੁੜੀਆਂ ਝੱਲੀਆਂ ਹੁੰਦੀਆਂ ਨੇ ਉਹ ਹੱਸ ਪਿਆ ਸੀ ਕੁੜੀ ਰੋ ਪਈ ਸੀ ਜਾਨਤ ਬਹੁਤ ਥੋੜੇ ਦਿਨ ਸਨ 5 ਦਿਨ ਤੇ 5 ਰਾਤਾਂ ਲਾ ਕੇ ਉਸ ਕੁੜੀ ਨੇ ਇੱਕ ਪੂਰੀਆਂ ਬਾਹਾਂ ਵਾਲਾ ਸਵੈਟਰ ਉਨੇਆ ਸੀ ਉਹਨੂੰ ਪੁਆਇਆ ਸੀ ਤੇ ਆਖਿਆ ਸੀ ਬਸ ਇੱਕੋ ਇਕਰਾਰ ਮੰਗਦੀ ਆਂ ਹੋਰ ਕੁਝ ਨਹੀਂ ਜਿਸ ਦਿਨ ਤੂੰ ਵਾਪਸ ਮੁੜੇਂਗਾ ਉਸ ਦਿਨ ਗੱਲ ਤੇ ਉਹ ਸਵੈਟਰ ਪਾ ਕੇ ਆਏਗੀ ਤੇਰਾ ਕੀ ਖਿਆਲ ਹੈ ਮੈਂ ਉੱਥੇ ਪੰਜ ਵਾਰੀ ਉਹਨੇ ਜੋ ਕੁਝ ਕੁੜੀ ਨੂੰ ਆਖਣਾ ਚਾਹਿਆ ਸੀ ਕੁੜੀ ਨੇ ਸਮਝ ਲਿਆ ਸੀ ਜਵਾਬ ਦਿੱਤਾ ਸੀ ਮੈਂ ਤੇਰੇ ਕੋਲੋਂ ਅਣਹੋਣੇ ਇਕਰਾਰ ਨਹੀਂ ਮੰਗਦੀ ਸਿਰਫ ਇਹ ਕਿ ਉੱਥੋਂ ਦਾ ਉੱਥੇ ਛੱਡਣਾ ਵੀ ਉਹ ਕਿੰਨਾ ਚਿਰ ਉਸ ਕੁੜੀ ਦੇ ਮੂੰਹ ਹਲ ਤੱਕਦਾ ਰਿਹਾ ਸੀ ਤੇ ਫਿਰ ਉਸ ਨੂੰ ਇਹ ਸਭ ਇੱਕ ਸਦੀਵੀ ਔਰਤ ਦਾ ਇੱਕ ਸਦੀਵੀ ਛਲ ਲੱਗਿਆ ਸੀ ਉਹ ਬੇਵਫਾਈ ਦੀ ਖੁੱਲ੍ਹ ਦੇ ਰਹੀ ਸੀ ਪਰ ਉਹਦੇ ਉੱਤੇ ਵਫਾ ਦਾ ਭਾਰ ਪਾ ਕੇ ਆਖਰੀ ਸੀ ਮੈਂ ਤੈਨੂੰ ਖਤ ਲਿਖਣ ਲਈ ਵੀ ਨਹੀਂ ਆਖਾਂਗੀ ਸਿਰਫ ਉਸ ਦਿਨ ਤੇਰੇ ਕੋਲ ਆਵਾਂਗੀ ਜਿਸ ਦਿਨ ਤੂੰ ਵਾਪਸ ਆਵੇਂਗਾ ਤੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਮੈਂ ਕਿਸ ਦਿਨ ਵਾਪਸ ਆਵਾਂਗਾ ਕੁੜੀ ਨੂੰ ਜ਼ਰਾ ਔਖੀਆਂ ਕਰ ਲਈ ਉਹਨੇ ਆਖਿਆ ਸੀ ਤੇ ਉਹਨੇ ਜਵਾਬ ਦਿੱਤਾ ਸੀ ਮੈਨੂੰ ਪਤਾ ਲੱਗ ਜਾਏਗਾ ਜਿਸ ਦਿਨ ਤੂੰ ਆਉਣਾ ਹੋਵੇਗਾ ਉਸ ਨੇ ਉਹਨੇ ਹੱਥ ਛੱਡਿਆ ਸੀ ਉਹਨੇ ਪਰਦੇਸ ਵੇਖੇ ਸਨ ਬਰੇ ਵੇਖੇ ਸਨ ਕੁੜੀਆਂ ਵੀ ਵੇਖੀਆਂ ਸਨ ਪਰ ਕਿਸੇ ਚੀਜ਼ 'ਚ ਉਹਨੇ ਡੁੱਬ ਕੇ ਨਹੀਂ ਸੀ ਵੇਖਿਆ ਸਿਰਫ ਕੰਡੇ ਤੋਂ ਉਹਨੂੰ ਛੋ ਕੇ ਤੇ ਉਹ ਸੋਚਦਾ ਰਿਹਾ ਸੀ ਸ਼ਾਇਦ ਡੁੱਬਣਾ ਉਹਦਾ ਸੁਭਾਅ ਨਹੀਂ ਜੇ ਉਹ ਤੁਰਦਾ ਤਾਂ ਇੱਕ ਭਾਰ ਵੀ ਉਹਦੇ ਨਾਲ ਤੁਰਦਾ ਉਹਦੇ ਪੈਰਾਂ ਨੂੰ ਹਰ ਥਾਂਵੇਂ ਕੁਝ ਰੋਕ ਜਿਹਾ ਲੈਂਦਾ ਇਹਨਾਂ ਬਰੇਆਂ 'ਚ ਉਹਨੇ ਕਦੇ ਕਿਸੇ ਉਸ ਕੁੜੀ ਨੂੰ ਖਤ ਨਹੀਂ ਸੀ ਲਿਖਿਆ ਕੁੜੀ ਨੇ ਆਖਿਆ ਵੀ ਇਸ ਤਰ੍ਹਾਂ ਹੀ ਸੀ ਹਰ ਦੇਸ਼ ਦੀ ਦੋਸਤੀ ਉਹਨੇ ਉਸੇ ਦੇਸ਼ ਛੱਡ ਦਿੱਤੀ ਇਹ ਸ਼ਾਇਦ ਉਹਦਾ ਆਪਣਾ ਹੀ ਸੁਭਾਅ ਸੀ ਜੈ ਇਸ ਲਈ ਕਿ ਉਸ ਕੁੜੀ ਨੇ ਆਖਿਆ ਸੀ ਸਿਰਫ ਵਾਪਸ ਆਉਣ ਲੱਗਿਆ ਜਦੋਂ ਆਪਣਾ ਸਮਾਨ ਪੈਕ ਕਰ ਰਿਹਾ ਸੀ ਉਸ ਸਵੈਟਰ ਨੂੰ ਹੱਥ ਫੜ ਕੇ ਉਹ ਕਿੰਨਾ ਚਿਰ ਸੋਚਦਾ ਰਿਹਾ ਸੀ ਕਿ ਉਹ ਨੂੰ ਹੋਰ ਚੀਜ਼ਾਂ ਦੇ ਨਾਲ ਪੈਕ ਕਰ ਦੇ ਜਾਂ ਉਸ ਕੁੜੀ ਦੀ ਗੱਲ ਰੱਖ ਲੈ ਤੇ ਉਹਨੂੰ ਗੱਲ 'ਚ ਪਾ ਲੈ ਜੋ ਸਵੈਟਰ ਪਾ ਕੇ ਜਾਣਾ ਪੰਜਾਹ ਵਰਿਆਂ ਪਿੱਛੇ ਉਹੀ ਪਾ ਕੇ ਆਉਣਾ ਉਹਨੂੰ ਇੱਕ ਮੂਰਖ ਜੀ ਗੱਲ ਲੱਗੀ ਸੀ ਮੂਰਖ ਵੀ ਤੇ ਜਜ਼ਬਾਤੀ ਵੀ ਤੇ ਕਹੱਦ ਤੱਕ ਝੂਠੀ ਵੀ ਕਿਉਂਕਿ ਜਿਸ ਬਦਨ ਉੱਤੇ ਸਵੈਟਰ ਪਾਣਾ ਸੀ ਉਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਉਹ ਲੈ ਕੇ ਗਿਆ ਸੀ ਪਰ ਉਹਨੇ ਸਵੈਟਰ ਨੂੰ ਪੈਕ ਨਹੀਂ ਕੀਤਾ ਗਲ ਚ ਪਾ ਲਿਆ ਹੁਣ ਜਦੋਂ ਉਹ ਸਵੈਟਰ ਪਾ ਕੇ ਸ਼ੀਸ਼ੇ ਦੇ ਸਾਹਮਣੇ ਹੋਇਆ ਉਹਨੂੰ ਆਰਟ ਗੈਲਰੀ 'ਚ ਬੈਠੇ ਉਹ ਆਰਟਿਸਟ ਯਾਦ ਆ ਗਏ ਜੋ ਪੁਰਾਣੀਆਂ ਤੇ ਕਲਾਸਿਕ ਪੇਂਟਿੰਗਸ ਦੀਆਂ ਹੁਬਹੂ ਨਕਲਾਂ ਤਿਆਰ ਕਰਦੇ ਤੇ ਸਵੈਟਰ ਗਲ ਚ ਪਾ ਕੇ ਉਹਨੂੰ ਝਾਪਿਆ ਉਹਨੇ ਵੀ ਆਪਣੀ ਇੱਕ ਨਕਲ ਤਿਆਰ ਕਰ ਲਈ ਸੀ ਇਸ ਨਕਲ ਤੋਂ ਸ਼ਰਮਿੰਦਾ ਨਹੀਂ ਸੀ ਸਿਰਫ ਇਸ ਨਕਲ ਉੱਤੇ ਹੱਸ ਰਿਹਾ ਸੀ ਮਾਂ ਨੂੰ ਸਭ ਕੁਝ ਯਾਦ ਸੀ ਜੋ ਕਦੇ ਉਹਨੂੰ ਚੰਗਾ ਲੱਗਦਾ ਸੀ ਸਿਰਫ ਆਪ ਉਹਨੂੰ ਭੁੱਲ ਗਿਆ ਹੋਇਆ ਸੀ ਵੇਖ ਕੇ ਚੰਗਾ ਬਣਿਆ ਮਾਂ ਨੇ ਜਦੋਂ ਪਨੀਰ ਦਾ ਪਰੌਂਠਾ ਬਣਾ ਕੇ ਉਹਦੇ ਅੱਗੇ ਰੱਖਿਆ ਤਾਂ ਉਹਨੂੰ ਯਾਦ ਆਇਆ ਪਨੀਰ ਦਾ ਪਰੌਂਠਾ ਉਹਨੂੰ ਬਹੁਤ ਚੰਗਾ ਲੱਗਦਾ ਸੀ ਮਾਂ ਨੇ ਜਾਣ ਵਾਲੇ ਦਿਨ ਵੀ ਬਣਾਇਆ ਸੀ ਉਹਨੇ ਇੱਕ ਗਰਾਈ ਤੋੜ ਕੇ ਮੱਖਣ 'ਚ ਡੋਬੀ ਤੇ ਫਿਰ ਮਾਂ ਦੇ ਮੂੰਹ 'ਚ ਪਾਉਂਦਾ ਹੱਸ ਪਿਆ ਉਥੇ ਲੋਕ ਪਨੀਰ ਬੜਾ ਖਾਂਦੇ ਨੇ ਪਰ ਪਨੀਰ ਦਾ ਪਰੌਂਠਾ ਕੋਈ ਨਹੀਂ ਬਣਾਉਂਦਾ ਇਹ ਛੋਟਿਆਂ ਹੁੰਦੇ ਆ ਉਹਦੀ ਆਦਤ ਹੁੰਦੀ ਸੀ ਜਦੋਂ ਬੜੇ ਰੌਂਚ ਹੁੰਦਾ ਸੀ ਰੋਟੀ ਦੀ ਪਹਿਲੀ ਗਰਾਈ ਤੋੜ ਕੇ ਮਾਂ ਦੇ ਮੂੰਹ 'ਚ ਪਾਉਂਦਾ ਹੁੰਦਾ ਸੀ ਤੂੰ ਸੱਤ ਬਲੈ ਤਾਂ ਘੁੰਮ ਕੇ ਵੀ ਉਹੀ ਉਹਦਾ ਉਹੀ ਹੋਈਆਂ ਮਾਂ ਦੇ ਮੂੰਹ ਨਿਕਲਿਆ ਤਾਂ ਮਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਭਰੀਆਂ ਅੱਖਾਂ ਨਾਲ ਆਖ ਰਹੀ ਸੀ ਤੂੰ ਆਇਆ ਲੱਗਦਾ ਸਭ ਕੁਝ ਫੇਰ ਉਸੇ ਤਰ੍ਹਾਂ ਹੋ ਗਿਆ ਉਹ ਉਹ ਨਹੀਂ ਸੀ ਕੁਝ ਵੀ ਉਹ ਨਹੀਂ ਸੀ ਜਾਣ ਲੱਗਿਆ ਜੋ ਕੁਝ ਸੀ ਉਹ ਸਭ ਕੁਝ ਬਦਲ ਗਿਆ ਸੀ। ਉਹਨੇ ਬਾਪ ਦੀ ਗੱਲ ਨਹੀਂ ਸੀ ਛੇੜੀ ਸਿਰਫ ਉਹਦੇ ਖਾਲੀ ਪਲੰਘ ਵੱਲ ਵੇਖਿਆ ਸੀ ਤੇ ਫਿਰ ਅੱਖਾਂ ਪਰੇ ਕਰ ਲੀਆਂ ਸੀ। ਮਾਂ ਦੇ ਦਿਨੋਂ ਦਿਨ ਮੁਰਝਾਉਂਦੇ ਮੂੰਹ ਦੀ ਵੀ ਗੱਲ ਨਹੀਂ ਸੀ ਕੀਤੀ। ਛੋਟੇ ਭਰਾ ਦੀ ਖੈਰ ਪੁੱਛੀ ਸੀ ਪਰ ਇਹ ਨਹੀਂ ਸੀ ਆਖਿਆ ਕਿ ਮਾਂ ਨੂੰ ਕੱਲਿਆਂ ਛੱਡ ਕੇ ਉਹਨੂੰ ਇੰਨੀ ਦੂਰ ਨਹੀਂ ਸੀ ਜਾਣਾ ਚਾਹੀਦਾ। ਪਰ ਮਾਂ ਆਖਰੀ ਸੀ ਸਭ ਕੁਝ ਫੇਰ ਉਸੇ ਤਰ੍ਹਾਂ ਹੋ ਗਿਆ। ਛੱਟ ਬਿੰਦ ਜੇ ਕੋਈ ਭੁਲੇਖਾ ਪੈ ਜਾਏ ਕੀ ਹਰਜ਼ ਹੈ। ਉਹਨੇ ਸੋਚਿਆ ਵੀ ਇਹੀ ਸੀ। मां ਦੇ ਮੂੰਹ ਚ ਆਪਣੀ ਰੋਟੀ ਦੀ ਗਰਾਈ ਵੀ ਇਸੇ ਲਈ ਪਾਈ ਸੀ। ਉਹਨੇ ਕੋਈ ਹੋਰ ਵੀ ਮਾਂ ਦੀ ਮਰਜ਼ੀ ਦੀ ਗੱਲ ਕਰਨੀ ਚਾਹੀ। ਪੁੱਛਿਆ ਭਾਬੀ ਕਿਉਂ ਜੀਏ? ਤੈਨੂੰ ਪਸੰਦ ਆਈਏ? ਮਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਿਰਫ ਸਵਾਲ ਜਿਆ ਕੀਤਾ। ਮੇਰਾ ਖਿਆਲ ਸੀ ਤੂੰ ਵਿਲਾਇਤੋਂ ਕੋਈ ਕੁੜੀ ਉਹ ਹੱਸ ਪਿਆ। ਬੋਲਦਾ ਕਿਉਂ ਨਹੀਂ? ਵਿਲਾਇਤ ਦੀਆਂ ਕੁੜੀਆਂ ਵਿਲਾਇਤ ਵਿੱਚ ਹੀ ਚੰਗੀਆਂ ਲੱਗਦੀਆਂ ਨੇ। ਸਾਰੀਆਂ ਉੱਥੇ ਹੀ ਛੱਡ ਆਇਆ। ਮੈਂ ਤਾਂ ਇਸ ਮਹੀਨੇ ਪਿਛਲੇ ਦੋਵੇਂ ਕਮਰੇ ਖਾਲੀ ਕਰਵਾ ਲਈ ਸੀ। ਸੋਚਿਆ ਸੀ ਤੈਨੂੰ ਲੋੜ ਹੋਏਗੀ। ਇੱਕ ਕਮਰੇ ਕਰਾਈ ਦਿੱਤੇ ਸੀ। ਛੋਟਾ ਵੀ ਚਲਾ ਗਿਆ ਸੀ ਪਰ بڑا ਘਰ ਬੜਾ ਖਾਲੀ ਸੀ ਇਸ ਲਈ ਪਿਛਲੇ ਕਮਰੇ ਛਾੜ ਦਿੱਤੇ ਸੀ ਤੇਰਾ ਹੱਥ ਵੀ ਖੁੱਲਾ ਹੋ ਗਿਆ ਸੀ। ਤੈਨੂੰ ਪੈਸੇ ਆਣ ਦੀ ਆਕਸੀ ਉਹਨੂੰ ਪਰੇਸ਼ਾਨੀ ਜੀ ਹੋਈ। ਨਹੀਂ ਪਰ ਹੱਥ 'ਚ 4 ਪੈਸੇ ਹੋਣ ਚੰਗਾ ਹੁੰਦਾ। ਛੋਟੇ ਦੀ ਤਨਖਾਹ ਥੋੜੀ ਨਹੀਂ ਉਹ। ਉਹ ਵੀ ਹੁਣ ਟਬਰਦਾਰ ਏ ਅੱਜਕੱਲ੍ਹ ਵਿੱਚ ਹੀ ਉਹਦੇ ਘਰ। ਸੋ ਮੇਰੀ ਮਾਂ ਦਾਦੀ ਬਣ ਜਾਏਗੀ। ਉਨੇ ਮਾਂ ਨੂੰ ਹਸਾਉਣਾ ਚਾਹ ਪਰ ਮਾਂ ਆਖਰੀ ਸੀ ਮੈਨੂੰ ਤਾਂ ਕੋਈ ਯੂਜ਼ਰ ਨਹੀਂ ਜੇ ਤੂੰ ਬਲੈਤੋਂ ਕੁੜੀ ਉਹ ਮਾਂ ਨੂੰ ਹਸਾਉਣ ਦੇ ਯਤਨ ਵਿੱਚ ਸੀ ਇਸ ਲਈ ਆਖਣ ਲੱਗਾ ਲਿਓਨ ਤਾਂ ਲੱਗਾ ਸੀ ਪਰ ਯਾਦ ਆਇਆ ਤੂੰ ਜਾਣ ਲੱਗਿਆ ਪੱਕੀ ਕੀਤੀ ਸੀ ਕਿ ਮੈਂ ਬਲੈਤੋਂ ਕਿਸੇ ਨੂੰ ਨਾ ਲਿਆਵਾਂ ਉਹਨੂੰ ਯਾਦ ਆਇਆ ਜਾਣ ਵਾਲੇ ਦਿਨ ਉਹ ਕੁੜੀ ਜਦੋਂ ਮਿਲਣ ਆਈ ਸੀ ਉਹ ਮਾਂ ਨੂੰ ਚੰਗੀ ਲੱਗੀ ਸੀ ਮਾਂ ਨੇ ਉਹਨਾਂ ਦੋਨਾਂ ਨੂੰ ਇਕੱਠਿਆਂ ਬੈਠਿਆਂ ਵੇਖ ਕੇ ਇੱਕ ਤਾਕੀਦ ਨਾਲ ਆਖਿਆ ਸੀ ਵੇਖੀ ਕਿ ਤੇ ਬਲੈਤੋਂ ਨਾਲ ਕੋਈ ਲੈ ਆਈ ਕੋਈ ਵੀ ਆਪਣੇ ਦੇਸ਼ ਦੀ ਦੀਆਂ ਕੁੜੀਆਂ ਦੀ ਰੀਸ ਨਹੀਂ ਕਰ ਸਕਦੇ ਪਰ ਇਸ ਵੇਲੇ ਮਾਂ ਆਖਦੀ ਪਈ ਸੀ ਉਹ ਤਾਂ ਮੈਂ ਉੰਜ ਹੀ ਆਖਿਆ ਸੀ ਤੇਰੀ ਖੁਸ਼ੀ ਤੋਂ ਮੈਂ ਨਾ ਬਰਕਾ ਨੂੰ ਹੋਣਾ ਸੀ ਪਿੱਛੇ ਇੱਕ ਖਤ ਵਿੱਚ ਮੈਂ ਤੈਨੂੰ ਉਹ ਲਿਖਿਆ ਵੀ ਸੀ ਜੋ ਤੇਰਾ ਜੀ ਕਰਦਾ ਹੋਵੇ ਉਹ ਤਾਂ ਮੈਂ ਸੋਚਿਆ ਤੂੰ ਉੰਜ ਹੀ ਲਿਖ ਦਿੱਤਾ ਹੋਏਗਾ ਉਹ ਹੱਸ ਪਿਆ ਤੇ ਫਿਰ ਕਹਿਣ ਲੱਗਾ ਅੱਛਾ ਜੇ ਤੂੰ ਆਖੇ ਤਾਂ ਅਗਲੀ ਵਾਰੀ ਲੈ ਆਵਾਂਗਾ ਤੂੰ ਫਿਰ ਜਾਏਗਾ ਮਾਂ ਘਬਰਾ ਜੀ ਗਈ ਉਹ ਵੀ ਜੇ ਤੂੰ ਆਖੇ ਤਾਂ ਨਹੀਂ ਤਾਂ ਨਹੀਂ ਉਹਨੂੰ ਲੱਗਾ ਉਹਨੂੰ ਆਉਂਦੀ ਹੈ ਜਾਣ ਦੀ ਗੱਲ ਨਹੀਂ ਸੀ ਕਰਨੀ ਚਾਹੀਦੀ ਆਉਣ ਲੱਗਿਆ ਉਹਨੂੰ ਇੱਕ ਯੂਨੀਵਰਸਿਟੀ ਦੀ ਇੱਕ ਨੌਕਰੀ ਆਫਰ ਹੋਈ ਸੀ ਪਰ ਉਹ ਇੰਨੇ ਵਾਰਿਆਂ ਪਿੱਛੇ ਇੱਕ ਵਾਰੀ ਵਾਪਸ ਆਉਣਾ ਚਾਹੁੰਦਾ ਸੀ ਭਾਵੇਂ ਕੁਝ ਮਹੀਨਿਆਂ ਲਈ ਜੇ ਤੂੰ ਆਖੇਂਗੀ ਨਹੀਂ ਜਾਵਾਂਗਾ ਉਹਨੇ ਫੇਰ ਇੱਕ ਵਾਰੀ ਆਖਿਆ ਮਾਂ ਨੂੰ ਕੁਝ ਤਸੱਲੀ ਆ ਗਈ ਆਖਣ ਲੱਗੀ ਤੂੰ ਸਾਹਮਣੇ ਹੋਵੇਂਗਾ ਚੁੱਲ੍ਹੇ ਅੱਗ ਬਾਲਣ ਦੀ ਵੀ ਹਿੰਮਤ ਆ ਜਾਏਗੀ ਮੁੰਜ ਤਾਂ ਕਈ ਵਾਰ ਮਨਜੀ ਤੋਂ ਨਹੀਂ ਉੱਠਿਆ ਜਾਂਦਾ ਮਾਂ ਤੂੰ ਇੰਨੀ ਉਦਾਸ ਸੀ ਤਾਂ ਛੋਟੇ ਦੇ ਨਾਲ ਉਹਦੇ ਘਰ ਮੈਂ ਇੱਥੇ ਆਪਣੇ ਘਰ ਚੰਗੀ ਆ ਉਹ ਤੂੰ ਆ ਗਿਆ ਮੈਨੂੰ ਹੋਰ ਕੀ ਚਾਹੀਦਾ ਉਹਨੂੰ ਜਾਪਿਆ ਮਾਂ ਬਹੁਤ ਉਦਾਸ ਸੀ ਤੇ ਸ਼ਾਇਦ ਇਸ ਉਦਾਸੀ ਦਾ ਵਾਸਤਾ ਸਿਰਫ ਉਹਦੀ ਕੱਲ ਨਾਲ ਨਹੀਂ ਸੀ ਕਿਸੇ ਹੋਰ ਚੀਜ਼ ਨਾਲ ਵੀ ਸੀ ਬਾਰਿਜਾਂ ਦੀ ਧੁੱਪ ਦੀ ਲਕੀਰ ਕੰਧ ਉੱਤੇ ਬੜੀ ਸ਼ੋਖ ਜੀ ਦਿਖਦੀ ਸੀ ਉਹਨੇ ਬਾਰੀ ਦੇ ਪਰਦਿਆਂ ਨੂੰ ਸਰਕਾਇਆ ਗਲੀਚੇ ਦਾ ਪੀਲਾ ਰੰਗ ਉਹਨੂੰ ਬੜਾ ਨਿੱਸਲ ਜਿਹਾ ਹੋ ਕੇ ਕਮਰੇ 'ਚ ਸੌਂ ਗਿਆ ਜਾਪਿਆ ਤੂੰ ਥੱਕ ਗਿਆ ਹੋਏਂਗਾ ਕੁਝ ਸੌ ਲੈ ਮਾਂ ਨੇ ਆਖਿਆ ਤੇ ਮੇਜ਼ ਉੱਤੇ ਪਲੇਟਾਂ ਚੁੱਕ ਕੇ ਕਮਰੇ 'ਚ ਜਾਣ ਲੱਗੀ ਨਹੀਂ ਮੈਨੂੰ ਨੀਂਦਰ ਨਹੀਂ ਆਈ। ਉਹਨੇ ਹਲਕਾ ਜਿਹਾ ਝੂਠ ਬੋਲਿਆ ਤੇ ਆਖਿਆ ਮੈਂ ਤੇਰੇ ਲਈ ਇੱਕ ਦੋ ਚੀਜ਼ਾਂ ਆਂਦੀਆਂ ਨੇ ਵੇਖਾਂ ਪੂਰੀਆਂ ਆਉਂਦੀਆਂ ਨੇ ਕਿ ਨਹੀਂ। ਉਹਨੇ ਸੂਟਕੇਸ ਖੋਲ੍ਹਿਆ ਇੱਕ ਗਰਮ ਕਾਲੀ ਉਹਨਦੀ ਸ਼ਾਲ ਸੀ। ਖੰਭਾਂ ਵਰਗੀ ਹੌਲੀ। ਮਾਂ ਦੇ ਮੋਢਿਆਂ ਉੱਤੇ ਦੇ ਕੇ ਆਖਣ ਲੱਗਾ ਇਹ ਸਿਆਲ ਦੀ ਚੀਜ਼ ਏ ਪਰ ਇੱਕ ਮਿੰਟ ਆਪਣੇ ਉੱਤੇ ਲੈ ਕੇ ਵਿਖਾ। ਇਹ ਤੈਨੂੰ ਬੜੀ ਚੰਗੀ ਲੱਗੇਗੀ। ਫਿਰ ਉਹਨੇ ਫਰ ਦੇ ਸਲੀਪਰ ਕੱਢੇ ਮਾਂ ਦੇ ਪੈਰੀਂ ਪਵਾ ਕੇ ਆਖਣ ਲੱਗਾ ਵੇਖ ਕਿੱਡੇ ਪੂਰੇ ਆਏ ਨੇ ਮੈਨੂੰ ਡਰ ਸੀ ਛੋਟੇ ਨਾ ਹੋਣ। ਇਸ ਸਮਰਚ ਮੈਨੂੰ ਚੰਗੇ ਲੱਗਣਗੇ ਮਾਂ ਦੀਆਂ ਅੱਖਾਂ 'ਚ ਪਾਣੀ ਜਿਹਾ ਭਰ ਆਇਆ ਸੀ ਉਹ ਮਾਂ ਨੂੰ ਉਦਾਸੀ ਵਾਲੇ ਪਾਸਿਓਂ ਮੋੜਨ ਲਈ ਹੋਰ ਚੀਜ਼ਾਂ ਵਖਾਣ ਲੱਗਾ ਪਲਾਸਟਿਕ ਦੀ ਕਨਿੱਕੀ ਜੀ ਡੱਬੀ 'ਚ ਕੁਝ ਸਿੱਕੇ ਸਨ ਇਟਲੀ ਦੇ ਲੀਰਾ ਯੂਗੋਸਲੋਵਾਕੀਆ ਦੇ ਦਿਨਾਰ ਜਰਮਨੀ ਦੇ ਮਾਰਕਸ ਉਹਨੇ ਸਿੱਕਿਆਂ ਨੂੰ ਛਣਕਾਇਆ ਤੇ ਆਖਣ ਲੱਗਾ ਮਾਂ ਤੂੰ ਕਿਹਾ ਸੀ ਨਾ ਕਿ ਛੋਟੇ ਦੇ ਘਰ ਬਹੁਤ ਛੇਤੀ ਕੋਈ ਬੱਚਾ ਹਾਂ ਹਾਂ ਕਿਹਾ ਸੀ ਮਾਂ ਕਮਰੇ 'ਚੋਂ ਜਾਣ ਲਈ ਕਾਲੀ ਜੀ ਲੱਗਦੀ ਇਹ ਆਪਣੇ ਭਤੀਜੇ ਨੂੰ ਦਿਆਂਗਾ ਤੇ ਫਿਰ ਉਹਨੇ ਸੂਟਕੇਸ ਵਿੱਚੋਂ ਹੋਰ ਚੀਜ਼ਾਂ ਕੱਢੀਆਂ ਛੋਟੇ ਲਈ ਇਹ ਕੈਮਰਾ ਭਾਬੀ ਲਈ ਇਹ ਮਾਂ ਰੋਣ ਹੱਕੀ ਜੀ ਹੋ ਗਈ ਦਾ ਹੱਥ ਰੁਗ ਗਿਆ ਮਾਂ ਕੁਝ ਗੱਲ ਏ ਤੂੰ ਮੈਨੂੰ ਦੱਸੇ ਕਿਉਂ ਨਹੀਂ ਮਾਂ ਚੁੱਪ ਸੀ ਉਹਨੇ ਮਾਂ ਦੇ ਮੋਢੇ ਤੇ ਹੱਥ ਰੱਖਿਆ ਮਾਂ ਨੂੰ ਕਿਤੇ ਕੋਈ ਕਸੂਰਵਾਰ ਜਾਪਦਾ ਸੀ ਪਤਾ ਨਹੀਂ ਕੌਣ ਸੋਚ-ਸੋਚ ਕੇ ਉਹਦਾ ਆਪਣਾ ਮੂੰਹ ਹੀ ਉਹਨੂੰ ਕਸੂਰਵਾਰ ਜਾਪਣ ਲੱਗ ਪਿਆ ਸੀ ਉਹਨੇ ਇੱਕ ਵਿਚਾਰਗੀ ਜਈ ਨਾਲ ਉਹਦੇ ਵੱਲ ਵੇਖਿਆ ਮਾਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ ਪਰ ਦੱਸਦੇ ਨਹੀਂ ਉਹ ਕੁੜੀ ਕਿਹੜੀ ਕੁੜੀ ਜਿਹੜੀ ਤੈਨੂੰ ਉਸ ਦਿਨ ਮਿਲਣ ਆਈ ਸੀ ਜਿਨੇ ਤੇਰੇ ਲਈ ਇੱਕ ਸਵੈਟਰ ਹਾਂ ਕੀ ਹੋਇਆ ਉਸ ਕੁੜੀ ਨੂੰ ਉਹਨੇ ਛੋਟੇ ਨਾਲ ਵਿਆਹ ਕਰ ਲਿਆ ਮਾਂ ਦੇ ਮੋਢੇ ਉੱਤੇ ਰੱਖਿਆ ਹੋਇਆ ਉਹਦਾ ਹੱਥ ਕੱਸਿਆ ਜਿਹਾ ਗਿਆ ਇੱਕ ਪਲ ਉਹਨੂੰ ਜਾਪਿਆ ਕਿ ਹੱਥ ਨੇ ਮੋਢੇ ਦਾ ਸਹਾਰਾ ਲਿਆ ਪਰ ਦੂਜੇ ਪਲ ਉਹਨੂੰ ਜਾਪਿਆ ਕਿ ਹੱਥ ਨੇ ਮੋਢੇ ਨੂੰ ਸਹਾਰਾ ਦਿੱਤਾ ਤੇ ਹੱਸ ਪਿਆ ਸੋ ਉਹ ਮੇਰੀ ਭਾਬੀ ਹੈ ਮਾ ਉਹਦੇ ਮੂੰਹ ਹਲ ਤੱਕਣ ਲੱਗ ਪਈ ਮੈਨੂੰ ਖਤ ਕਿਉਂ ਨਹੀਂ ਸੀ ਲਿਖਿਆ ਕੀ ਲਿਖਦੀ ਇਹ ਉਹ ਨਾਲ ਲਿਖਣ ਵਾਲੀ ਗੱਲ ਕੀਤੀ ਛੋਟੇ ਨੇ ਸਿਰਫ ਵਿਆਹ ਦੀ ਖਬਰ ਦਿੱਤੀ ਸੀ ਹੋਰ ਕੁਝ ਨਹੀਂ ਸੀ ਲਿਖਿਆ ਦੋਵੇਂ ਸ਼ਰਮਿੰਦੇ ਤੈਨੂੰ ਕੀ ਲਿਖਦੇ ਖੁੱਲੇ ਸੂਟ ਖੁੱਲੇ ਸੂਟਕੇਸ ਦੇ ਕੋਲ ਜੋ ਦੂਸਰਾ ਬੰਦ ਸੀ ਉਹਦੇ ਉੱਤੇ ਉਹਦਾ ਓਵਰਕੋਟ ਤੇ ਉਹ ਸਵੈਟਰ ਪਿਆ ਹੋਇਆ ਸੀ ਜਿਹੜਾ ਉਹਨੇ ਸਵੇਰੇ ਆਉਣ ਲੱਗਿਆਂ ਪਾਇਆ ਸੀ ਉਹ ਇੱਕ ਮਿੰਟ ਸਵੈਟਰ ਵੱਲ ਤੱਕਦਾ ਰਿਹਾ ਸਵੈਟਰ ਗੁੱਛਾ ਜਿਹਾ ਹੋ ਕੇ ਓਵਰ ਕਿਡ ਦੀ ਹੀਟਾਂ ਆਪਣੇ ਆਪ ਨੂੰ ਛੁਪਾਂਦਾ ਜਿਹਾ ਲੱਗ ਰਿਹਾ ਸੀ ਧੰਨਵਾਦ